ਸਾਡਾ ਲਾਗਾ ਸਿਸਟਮ ਸਾਨੂੰ ਪਤਾ ਲੱਗਿਆ ਵੀ ਐਕਸੀਡੈਂਟ ਹੋ ਗਿਆ ਅਸੀਂ ਤਾਂ ਆਏ ਹਾਂ ਇਹਨਾਂ ਦਿਨਾਂ ਦੇ ਵਿੱਚ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਚੱਲ ਰਿਹਾ ਸਾਰੀ ਜਿਹੜਾ ਪੰਜਾਬ ਬਲਕਿ ਪੂਰਾ ਵਿਸ਼ਵ ਜਿਹੜਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਿਆਂ ਦੇ ਦਰਸ਼ਨ ਕਰਨ ਜਾ ਰਹੀ ਹੈ। ਤੁਸੀਂ ਰੋਡ ਵੀ ਦੇਖ ਸਕਦੇ ਹੋ, ਅਸੀਂ ਪਿੰਡ ਹਾਮਲ ਚੱਕ ਮੌਜੂਦ ਹੈਗੇ ਹਾਂ। ਜਿਹੜੀ ਲੋਕੇਸ਼ਨ ਹੈਗੀ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਲੋਕੇਸ਼ਨ ਪੈਂਦੀ ਹੈ, ਥਾਣਾ ਹਾਰਫ ਕੇ ਇਸ ਪਿੰਡ ਨੂੰ ਪੈਂਦਾ। ਲੇਕਿਨ ਬੀਤੀ ਰਾਤ 5 ਤਰੀਕ ਨੂੰ ਕਰੀਬ 10:30-11 ਵਜੇ ਇੱਕ ਘਟਨਾ ਹੁੰਦੀ ਹੈ। ਘਟਨਾ ਕੀ ਵਾਪਰਦੀ ਹੈ ਕਿ ਜਿੱਥੇ ਅਸੀਂ ਪੁਲਿਸ ਮੁਲਾਜ਼ਮਾਂ ਨੂੰ ਅਕਸਰ ਦੇਖਦੇ ਹਾਂ ਜਿਹੜੀ ਸਾਡੀ ਸੁਰੱਖਿਆ ਦੇ ਵਿੱਚ ਤੈਨਾਤ ਰਹਿੰਦੇ ਆ, ਵੱਡੀਆਂ ਵੱਡੀਆਂ ਸਿਕਿਉਰਟੀਆਂ ਸਾਡੇ ਜਿਹੜੀ ਸਾਡੇ ਅਫਸਰ ਸ਼ਾਹੀ ਨੂੰ, ਸਾਡੇ MP ਨੂੰ, MLA ਨੂੰ ਮਿਲਦੀਆਂ ਹੈਗੀਆਂ, ਸਾਡੇ ਅਫਸਰਾਂ ਨੂੰ ਮਿਲਦੀਆਂ ਹੈਗੀਆਂ। ਲੇਕਿਨ ਇੱਥੇ ਜਿਹੜਾ ਵਰਦੀ ਦਾ ਖੌਫ ਇੰਨਾ ਜ਼ਿਆਦਾ ਕਿ ਪਿਛਲੀ ਰਾਤ ਕਰੀਬ 10:30-11 ਵਜੇ ਪਿੰਡ ਹਾਮਚੱਕ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਗੋਲੀ ਚਲਾਈ ਜਾਂਦੀ, ਸ਼ਰੇਆਮ ਗੋਲੀ ਚਲਾਈ ਜਾਂਦੀ, ਇਹਨੂੰ ਗੁੰਡਾਗਰਦੀ ਕਹਿ ਸਕਦੇ ਹਾਂ, ਔਰ ਅੰਨੇਵਾਹ ਗੋਲੀ ਚਲਾਈ ਜਾਂਦੀ ਹੈ। ਔਰ ਰੋਡ ਦੇ ਉੱਤੇ, ਇਸ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਟ੍ਰੈਫਿਕ ਹੈਗੀ ਹੈ, ਕਿਉਂਕਿ ਜੋੜ ਮੇਲਾ ਚੱਲ ਰਿਹਾ, ਪਿੱਛੇ ਲੰਗਰ ਵੀ ਚੱਲ ਰਿਹਾ ਇਲਾਕੇ ਦੀ ਸੰਗਤ ਵੱਲੋਂ। ਸੋ ਜਿਹੜੀ ਘਟਨਾ ਵਾਪਰੀ ਹੈ ਬੜੀ ਨਿੰਦਣਯੋਗ ਹੈਗੀ ਹੈ, ਔਰ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਆ ਉਹ ਕਟਹਿਰੇ ਦੇ ਵਿੱਚ ਨੇ ਕਿ ਪੁਲਿਸ ਮੁਲਾਜ਼ਮਾਂ ਨੇ ਅਕਸਰ ਜਿਹੜੀ ਗੋਲੀ ਚਲਾਈ ਕਿਉਂ ਹੈਗੀ, ਵੱਡਾ ਸਵਾਲ ਹੈਗਾ। ਔਰ ਇਸ ਤੋਂ ਵੱਡਾ ਸਵਾਲ ਹੈਗਾ ਜਿਹੜੇ ਪੁਲਿਸ ਮੁਲਾਜ਼ਮਾਂ ਜਿਹੜੇ ਹੈਗੇ ਆ ਉਹ ਦੱਸ ਰਹੇ, ਆਪਣੇ ਨੂੰ ਸ਼ਨਾਖਤ ਵੀ ਹੋਈ ਹੈਗੀ ਕਰੀਬ, ਜਿਹੜੀ ਵੀਡੀਓ ਸਾਡੇ ਕੋਲ ਆਈਆਂ ਹੈਗੇ, ਉਹ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਆ ਉਹਨਾਂ ਨੇ ਸ਼ਰਾਬ ਵੀ ਡਰਿੰਕ ਵੀ ਕੀਤੀ ਹੋਈ ਹੈ। ਸੋ ਵੱਡਾ ਸਵਾਲ ਹੈਗਾ ਥਾਣਾ ਆਰਕੇ ਨੂੰ ਲੈ ਕੇ, ਕਿਉਂਕਿ ਪਿੱਛੇ ਦੱਸ ਰਹੇ ਕੁਝ ਇੱਥੋਂ ਦੇ ਵਸਨੀਕ ਦੱਸ ਰਹੇ ਹੈਗੇ ਕਿ ਇੱਥੇ ਟ੍ਰੈਫਿਕ ਸੀ, ਉਹ ਟ੍ਰੈਫਿਕ ਵਾਲੇ ਜੋ ਰੇਤਾ ਦਾ ਕੋਈ ਕਾਰੋਬਾਰ ਹੈਗਾ ਜਾਂ ਕਿਵੇਂ ਕਾਰੋਬਾਰ ਹੈਗਾ, ਪੁਲਿਸ ਅੰਨੇ ਵਾ ਇੱਥੇ ਆਉਂਦੀ ਹੈਗੀ, ਫਾਇਰਿੰਗ ਕਰਦੀ ਹੈਗੀ। ਉਸ ਫਾਇਰਿੰਗ ਦੇ ਵਿੱਚ ਜਿਹੜੇ ਇਸ ਪਿੰਡ ਦੇ ਨੌਜਵਾਨ, 4 ਨੌਜਵਾਨ ਹੈ, ਉਹਨਾਂ ਦਾਖਲ ਹੁੰਦੇ ਆ ਔਰ ਇਸ ਟਾਈਮ ਹੋਸਪਿਟਲ ਦੇ ਵਿੱਚ ਦਾਖਲ ਹਨ। ਉਹਨਾਂ ਵਿੱਚੋਂ ਕੁਝ ਜਿਹੜੇ ਸਾਡੇ ਨੌਜਵਾਨ ਹੈਗੇ ਆ ਉਹ ਸੀਰੀਅਸ ਵੀ ਹੈਗੇ ਆ, ਕਾਫੀ ਉਹਨਾਂ ਦੀ ਕੰਡੀਸ਼ਨ ਗੰਭੀਰ ਹੈਗੀ ਹੈ। ਇੱਥੋਂ ਆਪਾਂ ਗੱਲਬਾਤ ਵੀ ਕਰਦੇ ਹਾਂ ਕਿ ਕਿਉਂਕਿ ਜਿਹੜਾ ਇਹ ਸਾਰਾ ਇਲਾਕਾ ਹੈਗਾ ਸਾਡਾ ਮਜ਼ਦੂਰ ਤਬਕਾ ਹੈਗਾ, ਕਿਰਤੀ ਤਬਕਾ ਹੈਗਾ, ਔਰ ਇਸ ਇਲਾਕੇ ਦੇ ਵਿੱਚ ਅਕਸਰ ਅੜ ਵੀ ਆਉਂਦੇ ਆ। ਸੋ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੀ ਘਟਨਾ ਨੂੰ ਇਲਜ਼ਾਮ ਦਿੱਤਾ ਗਿਆ ਉਹਨਾਂ ਪਿੱਛੇ ਕੀ ਕਾਰਨ ਰਹਿ ਹੈਗੇ, ਘਟਨਾ ਨਿੰਦਣਯੋਗ ਹੈਗੀ ਹੈ, ਵੱਡੇ ਸਵਾਲ ਹੈਗੇ ਪੁਲਿਸ ਦੇ ਉੱਤੇ, ਥਾਣਾ ਹਰਪ ਕੇ ਪੁਲਿਸ ਦੇ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ। ਔਰ ਜਿਹੜੇ ਵੀ ਪੁਲਿਸ ਮੁਲਾਜ਼ਮ ਪਿੱਛੇ 7-8 ਗੱਡੀਆਂ ਆਉਂਦੀਆਂ ਨੇ ਆਪਣੇ ਮੁਲਾਜ਼ਮ ਨੂੰ ਛੁਡਾ ਕੇ ਲੈ ਕੇ ਜਾਂਦੀਆਂ ਨੇ, ਔਰ ਉਹ ਵਾਕਈ ਪੁਲਿਸ ਮੁਲਾਜ਼ਮ ਸੀ ਜਿਹੜੇ ਸਿਵਲ ਦੇ ਵਿੱਚ ਹੈਗੇ ਸੀ, ਕੁਝ ਵਰਦੀ ਦੇ ਵਿੱਚ ਵੀ ਹੈ, ਵੱਡਾ ਸਵਾਲ ਹੈਗਾ। ਸੋ ਅਸੀਂ ਵੀਡੀਓ ਵੀ ਦੇਖਦੇ ਹਾਂ, ਗੱਲਬਾਤ ਵੀ ਕਰਦੇ ਹਾਂ, ਔਰ ਜਿਹੜੇ ਹੋਸਪਿਟਲ ਦੇ ਵਿੱਚ ਜਿਹੜੇ ਨੌਜਵਾਨ ਦਾਖਲ ਹੈਗੇ ਉਹਨਾਂ ਨੂੰ ਵੀ ਗੱਲਬਾਤ ਕਰਦੇ ਹਾਂ। ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੇਖੋ ਔਰ ਆਪਣੇ ਕਮੈਂਟ ਸੁਝਾਅ ਵੀ ਦੇਣਾ। ਆਪਣੇ ਨਾਲ ਹੋਰ ਬੰਦੇ ਕਿਹੜੇ ਕਿਹੜੇ ਸੀਗੇ ਬਾਈ? ਐਸ ਐਚ ਸਾਹਿਬ ਸੀ, ਟੀਮ ਸੀ ਸਾਡੀ। ਅੱਛਾ, ਜਿਹਦਾ ਨਾਮ ਕੀ ਹੈ? ਉਹਨਾਂ ਦਾ ਨਾਮ ਕੀ ਹੈ?
ਐਸਾ ਚੋਹਾਰ ਕੇ ਵੀਰੇ ਆ ਬਈ ਖੜੇ ਆ ਤੁਸੀਂ ਆ ਪੁੱਛ ਮੁੱਖ ਮੰਤਰੀ ਸਾਹਿਬ ਜੀ ਆ ਤੁਹਾਡੇ ਮੁਲਾਜ਼ਮ ਅੱਜ ਤਰੀਕ ਕਿੰਨੀ ਆ ਜੀ 5 ਤਰੀਕ ਰਾਤ 8:10-11 ਦਾ ਟਾਈਮ ਹੈ 11 ਵਜੇ ਦਾ ਟਾਈਮ ਬੰਦੇ ਫੱਟਰ ਹੋ ਗਏ ਆ ਇੱਕ ਦੋ ਬੰਦੇ ਗੰਭੀਰ ਆ ਦੋ ਜੀ ਮੋਟਰਸਾਈਕਲ ਤੇ ਇਹਨਾਂ ਨੇ ਕੁਚਲਤੇ ਆ ਨਸ਼ੇ ਤੇ ਗੋਟ ਆ ਤੇ ਇਹਨਾਂ ਕੋਲ ਨਸ਼ਾ ਵੀ ਬਰਾਮਦ ਹੋਇਆ ਹੋਰ ਬੱਤੀਆਂ ਤਿੰਨ ਬੰਦੇ ਮਾਰ ਦਿੱਤੇ ਤੂੰ ਕੌਣ ਹੈ ਮੁਲਾਜ਼ਮ ਹੈ ਨਾ ਵੈਸੇ ਰੱਖਿਆ ਇਹਨਾਂ ਦਾ ਪਤਾ ਲੱਗ ਗਿਆ ਮੁਲਾਜ਼ਮ ਵੇਖੋ ਕੱਢੋ ਇਹ ਕੱਢੇ ਗਏ ਕੱਢੇ ਗਏ ਕੱਢ
ਕੁਛ ਨੀ ਕਹਿ ਸਕਦੇ ਬੈਠਾ ਰਹੇ ਤਾਂ ਕੋਈ ਚਲੇ ਜਾ, ਕੋਈ ਇਹਨੂੰ ਕੁਛ ਨੀ ਕਹਿੰਦਾ। ਮੇਰੇ ਆਪ ਦਾ ਆਜੋ ਜਿਹੜੇ ਬੰਦੇ ਦਾ ਮੋਟਰਸਾਈਕਲ ਵੱਜਿਆ ਉੱਥੇ ਸਾਨੂੰ ਮਿਲਿਆ ਜਿਹੜੇ ਬੰਦੇ ਨੇ ਅਗਲੇ ਸਿੱਧਾ ਮਾਰਨੀ ਆਉਣ ਚੁਣ ਉੱਥੇ ਕਮਲਾ ਹੋਇਆ ਫਿਰਦਾ ਵਾ ਚੌਂਕ ਦੇ ਵਿੱਚ। ਲਖਵਿੰਦਰ ਸਿੰਘ ਨਾਮ ਆ ਤੇ ਪਿੰਡੋ ਹੀ ਲੰਗਰ ਛੱਕ ਕੇ ਆ ਰਹੇ ਸੀ ਤੇ ਉਹਨਾਂ ਘਰ ਵਾਲੀ ਸਾਈਡ ਹੈ ਤੇ ਉੱਥੇ ਰਾਤ ਚੌਂਕ ਤੇ ਉੱਥੇ ਪੁਲਿਸ ਆ ਗਈ ਸੀ ਤੇ ਉਹਨਾਂ ਏਦਾਂ ਹੀ ਫਾਇਰਿੰਗ ਕਰਤੀ ਜਿੱਦਾਂ ਜ਼ਿਆਦਾ ਜਿਹਨਾਂ ਨੂੰ ਦੇਖ ਕੇ। ਕਿੰਨੇ ਜਾਣੇ ਤੁਸੀਂ ਖੜੇ ਸੀ ਉੱਥੇ? ਤਾਂ ਜਿੱਦਾਂ ਸੰਗਤ ਹੀ ਲੰਘਦੀ ਬਹੁਤ ਹੋ ਗਈ ਇਕੱਠੀ। ਤੇ ਫਾਇਰਿੰਗ ਕਿਉਂ ਕਰਤੀ? ਇਹਨਾਂ ਨੇ ਪਤਾ ਪੀਤੀ ਹੋਈ ਜੀ ਲੱਗਦਾ ਮੁਲਾਜ਼ਮ। ਕੋਹਲਰ ਬਾਜੀ ਵੀ ਕੀਤੀ ਦੂਰ ਕਿਹਨਾਂ ਨੇ ਨਹੀਂ ਕੀਤੀ, ਉਹਨਾਂ ਹੀ ਕੀਤੀ ਆ। ਉਸ ਤੋਂ ਬਾਅਦ ਫਿਰ ਉਹਨੂੰ ਪੁੱਛਿਆ ਕਿ ਵੀ ਇਹ ਫਾਇਰਿੰਗ ਕਿਉਂ ਕੀਤੀ? ਨਹੀਂ ਨਹੀਂ ਇੰਨਾ ਕੀਤੇ। ਕਿੰਨੇ ਜ਼ਖਮੀ ਹੋ ਗਏ ਫਿਰ? ਜ਼ਖਮੀ 4 ਤੋਂ 5 ਆ। ਅਤੇ ਕਿੰਨੇ ਜਾਣੇ ਸੀ ਪੁਲਿਸ ਵਾਲੇ? ਪੁਲਿਸ ਵਾਲੇ 6 ਤੋਂ 7 ਹੋ। ਅਤੇ ਫਾਇਰਿੰਗ ਇੱਕ ਨੇ ਕੀਤੀ? ਫਾਇਰਿੰਗ ਇੱਕ ਨੇ ਕੀਤੀ। ਬਾਕੀਆਂ ਦੀ ਹਾਲਤ ਕਿਵੇਂ ਤੁਹਾਡੇ ਨਾਲ ਦਿੰਦੇ? ਬਾਕੀਆਂ ਦੀ ਪਤਾ ਨਹੀਂ। ਕੀ ਨਾਮ ਹੈਗਾ ਅਤੇ ਕੀ ਹੋਇਆ ਜੀ? ਮੇਰਾ ਨਾਮ ਸਰਬਿੰਦਰ ਸਿੰਘ ਆ। ਮੇਰੇ ਬ੍ਰਦਰ ਵਾਰੀ ਲੰਗਰ ਖਾ ਕੇ ਪਿੰਡ ਤੋਂ ਆ ਰਹੇ ਸੀਗੇ ਅਤੇ ਇੱਥੇ ਰਸਤੇ ਵਿੱਚ ਇੱਕ ਅੱਠ ਦੇਖਿਆ, ਉੱਥੇ ਪੁਲਿਸ ਵੀ ਗਈ ਸੀਗੀ, 6-7 ਮੁਲਾਜ਼ਮ ਸੀਗੇ। ਪਤਾ ਨਹੀਂ ਉਹ ਕਿਸ ਗੱਲ ਦੀ ਕਿਸੇ ਦੇ ਮਗਰ ਲੱਗੇ ਸੀਗੇ ਮੁੰਡੇ ਦੇ, ਅਤੇ ਉਹਨਾਂ ਡਰਿੰਕ ਕੀਤੀ ਹੋਈ ਸੀਗੀ ਜੀ। ਮੇਰੇ ਹਿਸਾਬ 'ਚੋਂ ਮੁੰਡੇ ਨੇ ਵੀ ਜਿਹੜੇ ਇਹਦੇ ਪਿੱਛੇ ਸੀਗੇ ਅਤੇ ਮੁਲਾਜ਼ਮ ਨੇ ਵੀ ਡਰਿੰਕ ਕੀਤੀ ਹੋਈ ਸੀਗੀ।
ਅਤੇ ਇਹਨਾਂ ਨੇ ਪੁਲਿਸ ਵਾਲਿਆਂ ਨੇ ਫਾਇਰ ਜਾਇਜ਼ ਫਾਇਰਿੰਗ ਕਰਤੀ। ਇੱਕ ਗੋਲੀ ਮੇਰੇ ਭਰਾ 'ਤੇ ਲੱਗੀ ਹੈ, ਦੋ ਮੇਰੇ ਚਾਚਿਆਂ 'ਤੇ ਲੱਗੀ, ਛਰੇ ਵੀ ਲੱਗੇ ਆ ਅਤੇ ਇੱਕ ਹੋਰ ਮੁੰਡਾ ਜ਼ਖਮੀ ਹੋਇਆ ਵਾ। ਅਤੇ ਕਾਰਨ ਕੀ ਸੀਗਾ ਵੀ ਗੋਲੀ ਚਲਾਉਣ ਦਾ, ਕੋਈ ਪਤਾ ਲੱਗਾ? ਸਾਰੇ ਦੂਸਰੇ ਜਿਹੜੇ ਜਿਸ ਮੁੰਡੇ ਦੇ ਮਗਰ ਲੱਗੇ ਸੀਗੇ, ਉਹ ਪਤਾ ਨਹੀਂ ਉਸੇ ਕਾਰਨ 'ਚ ਚਲਾਤੀ ਇਹਨਾਂ ਗੋਲੀ। ਹੁਣ ਕੀ ਹਾਲਾਤ ਕੀ ਨੇ ਤੁਹਾਡੇ ਭਰਾ ਦੇ ਅਤੇ ਬਾਕੀਆਂ ਦੇ? ਸਰ ਹਾਲਾਤ ਅਜੇ ਗੋਲੀ ਨਹੀਂ ਕੱਢੀ ਗਈ ਹੈ। ਇਹ ਤਾਂ ਨਜਾਇਜ਼ ਹੀ ਉੱਥੋਂ ਲੰਗਰ ਖਾਣ ਦੇ ਵਿੱਚ ਹੀ? ਹਾਂਜੀ ਸਰ, ਨਜਾਇਜ਼। ਤੁਸੀਂ ਸਮਝਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਦਾਰੂ ਪੀ ਕੇ ਗੋਲੀ ਚਲਾਈ ਹੈ, ਤਾਂ ਮਤਲਬ ਕਿ ਉਹਦੇ ਕਾਰਵਾਈ ਵੀ ਹੋਣੀ ਚਾਹੀਦੀ? ਪੁਲਿਸ ਮੁਲਾਜ਼ਮ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਪਿੰਡ ਕਿਹੜਾ ਤੁਹਾਡੇ? ਪਿੰਡ ਸਰ ਅਹਿਮਦ ਵਾਲਾ। ਅੱਛਾ, ਬਾਬੇ ਬੁੱਢੇ ਮੇਲੇ ਤੇ ਗਏ ਤੇ ਉੱਥੋਂ ਆਇਆ ਤੇ ਅਗਾਂ ਬੰਦਿਆਂ ਨੂੰ, ਚਾਰਾਂ ਬੱਚਿਆਂ ਨੂੰ ਗੋਲੀ ਲੱਗ ਗਈ। ਅੱਛਾ, ਸਾਡੇ ਤਾਂ ਹੱਥਾਂ ਪੈਰਾਂ 'ਚ ਨਿਕਲ ਗਈ ਤੇ ਉਹਨੂੰ ਵੱਜ ਚਲੇ ਚਲੇ ਟਰੈਕਟਰ ਚੜਿਆ ਜਾਂਦਾ ਹੈ, ਉਹਨੂੰ ਵੱਜ ਕੇ ਲਾਇਆ ਮੁੰਡਿਆਂ ਨੇ ਤੇ ਮੁੜ ਫੜ ਕੇ ਲਿਆਂਦਾ ਹੈ। ਤੇ ਗੋਲੀ ਚੱਲੀ ਪਿੰਡ ਹਮ ਚਾਕੇ? ਹਾਂ, ਹਮ ਚਾਕੇ ਪੁਲਿਸ ਵਾਲਿਆਂ ਨੇ। ਪੁਲਿਸ ਦਾ ਸਾਨੂੰ ਨਹੀਂ ਇੰਨਾ ਪਤਾ ਵੀ ਕਿੱਥੋਂ ਦੇ ਗਏ ਸੀ ਪੁਲਿਸ, ਤੇ ਬਾਬੇ ਬੁੱਢੇ ਤੋਂ ਆਏ ਆ ਤੇ ਇੱਥੇ ਆਦੇ ਲੱਥੀ ਆ ਤੇ ਉਵੇਂ ਬਸ ਵੀ ਇਹ ਰੌਲਾ ਪੈ ਗਿਆ। ਮੁੰਡੇ ਜ਼ਖਮੀ ਹੋਏ ਪਏ? ਜ਼ਖਮੀ ਹੋਏ ਪਏ ਨੇ, ਇੱਕ ਬੱਚੇ ਨੇ ਤੁਹਾਨੂੰ ਤਾਂ ਬਾਹਲੀ ਜ਼ਿਆਦਾ ਗੋਲੀ ਲੱਗੀ ਨਾ, ਜ਼ਿਆਦਾ ਖਰਾਬ ਸੀ। ਹਾਂ, ਉਹਦੇ ਤਾਂ ਆਰ ਪਾਰ ਇੱਥੇ ਗੋਲੀ ਵਿੱਚ ਆ, ਵੱਖੀ ਦੇ ਵਿੱਚ ਲੱਗ ਗਈ ਗੋਲੀ। ਹਾਂ, ਵੱਖੀ 'ਚ। ਠੀਕ ਹੈ, ਪਰਿਵਾਰ ਕਿਸ ਤਰ੍ਹਾਂ ਦਾ ਹੈਗਾ? ਪਰਿਵਾਰ ਸਾਡਾ ਪਲੇ ਮਨ ਪਰਿਵਾਰ ਹੈ, ਗਰੀਬ ਪਰਿਵਾਰ ਹੈ ਸਾਡੇ ਤਾਂ, ਬੱਚੇ ਕਦੇ ਬੋਲੀ ਕਦੇ ਨਹੀਂ ਕਿਸੇ ਦੇ ਨਾਲ। ਉਹ ਤਾਂ ਛਡਾਵਾਂ, ਉਹ ਤਾਂ ਵੇਖਣ ਆਏ ਵੀ ਜ਼ਖਮੀ ਬੰਦਾ ਜਿਹੜਾ ਸੱਟਾਂ ਲੱਗੀਆਂ ਨੇ ਉਹਨੂੰ ਚੱਕਣ ਲੱਗ ਗਏ ਨੇ, ਤੇ ਇਹ ਨਹੀਂ ਪਤਾ ਵੀ ਉੱਥੇ ਗੋਲੀ ਲੱਗ ਗਈ। ਉਹਨਾਂ ਬੱਚਿਆਂ ਨੂੰ ਪਤਾ ਹੀ ਨਹੀਂ ਗਾ ਵੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਵਾਕਿਆ ਹੋ ਜਾਣਾ ਤਾਂ ਸਾਡੇ ਭੱਜ ਕੇ ਦਵਾ ਦਾ ਉਹਨੂੰ ਉਠਾਉਣਾ ਚਾਹੁੰਦੇ ਨੇ, ਵੱਡੇ ਰੋਡ ਨਾਲ ਲੱਗਦਾ ਤਾਂ। ਹਾਂ, ਵੱਡੇ ਰੋਡ 'ਤੇ ਦਵਾ ਦਾ ਉਹਨੂੰ ਜ਼ਖਮੀ ਨੇ ਚੱਕ ਲੈਣਾ ਤੇ ਚੱਕ ਤੇ ਘਰੇ ਲੈ ਜਾਣਾ, ਉਹਨੂੰ ਪਾਣੀ ਤਾਂ ਨਪਵਾਉਣਾ, ਉਹਨੂੰ ਉਹਦਾ ਵੀ ਉਹਦੀ ਦੇਖਭਾਲ ਕਰਨੀ ਵੀ ਕਿਵੇਂ ਹੈਗਾ ਬੱਚਾ। ਮੰਗ ਕੀ ਕਰਦੇ ਜੀ ਮਾਤਾ ਜੀ? ਮੰਗ ਆਉਂਦੇ ਹੁਣ ਇਹਨਾਂ ਨੂੰ ਪਰਚਾ ਕਟੀਨਾ ਚਾਹੀਦਾ ਹੈ। ਠੀਕ ਹੈ, ਪੁਲਿਸ ਵਾਲੇ ਤੇ? ਕਿੰਨੇ ਪੁਲਿਸ ਵਾਲੇ ਸੀ? ਪੁਲਿਸ ਵਾਲੇ ਤੇ ਗਏ ਸੀ 6 ਜਣੇ ਗਏ ਸੀ। ਤੋ ਕਾਬੂ ਕੀਤਾ ਹੈ ਬੰਦਾ? ਕਾਬੂ ਤਾਂ ਉਹਨੂੰ ਕੀਤੀ ਰੱਖਿਆ ਤੇ ਰਾਤ ਪੁਲਿਸ ਆਈ ਤੇ ਲੈ ਗਈ ਹੈ। ਉਹਨੇ ਦੱਸਿਆ ਕਿਹੜੇ ਕਿਹੜੇ ਮੁਲਾਜ਼ਮ ਸੀ ਨਾਲ? ਉਹਨਾਂ ਨੇ ਸਾਨੂੰ ਦੱਸਿਆ ਇਸ ਤਰ੍ਹਾਂ, ਉਹਦਾ ਮੀਂਹ ਆ ਗਿਆ ਸੀ ਘਰੇ ਦਾ, ਉਹਦਾ ਆ ਗਏ ਤੇ ਉਹਦਾ ਪੁਲਿਸ ਆਈ ਤੇ ਦਵਾ ਦਾ ਚੱਕ ਤੇ ਲੈ ਗਈ, 6-7 ਗੱਡੀਆਂ ਆ ਜਾਣ ਕੇ 8 ਗੱਡੀਆਂ ਚੱਕ ਤੇ ਲੈ ਗਏ। ਵਾਹ ਪਾਇਆ ਗਿਆ ਪਿੰਡ ਵਾਲਿਆਂ ਨੇ? ਹਾਂ, ਆਪਦਾ ਜਿਹੜਾ ਕੀਤਾ ਹੋਇਆ ਕੁਛ ਨਾ ਕੁਛ ਕੀਤਾ ਜਾਵੇ, ਜ਼ਖਮੀ ਆਪਣੇ ਮੁੰਡੇ ਹੋਏ ਨੇ ਦੋ, ਤਿੰਨ ਤਿੰਨ ਕਿਵੇਂ ਜ਼ਖਮੀ ਹੋਏ ਨੇ? ਉਹਨਾਂ ਨੇ ਗੋਲੀ ਚਲਾਈ ਆ। ਕਿੰਨਾ ਨੇ? ਪੁਲਿਸ ਵਾਲਿਆਂ ਨੇ। ਕਿੱਥੇ? ਇੱਥੇ ਆ, ਦੂਜਾ ਆਪਣੇ ਸੜਕ 'ਤੇ। ਕਿੰਨੇ ਜਣੇ ਜ਼ਖਮੀ ਹੋਏ? ਚਾਰ ਜਣੇ ਹੋਏ ਨੇ। ਅੱਛਾ, ਤੇ ਤੁਹਾਡਾ ਲੜਕਾ ਸੀਗਾ? ਹਾਂਜੀ। ਉਹ ਕਿੱਥੇ ਦਾਖਲ ਹੈ? ਉਹ ਫਿਰੋਜ਼ਪੁਰ ਲੈ ਗਏ ਨੇ, ਹੁਣ ਫਰੀਦਕੋਟ ਲੈ ਗਏ। ਦੋ ਲੜਕੇ ਨੇ ਤੁਹਾਡੇ ਜ਼ਖਮੀ? ਆਹੋ। ਅੱਛਾ, ਇੱਕ ਮੇਰਾ ਦੋ ਤਰ੍ਹਾਂ ਹੈ। ਹਾਲਤ ਜ਼ਿਆਦਾ ਖਰਾਬ ਹੈ? ਵਾਹ ਭਾਈ, ਇਹ ਨਹੀਂ ਕੋੜੇ ਨੇ। ਹਾਂ, ਗੋਲੀ ਉਹ ਵਿੱਚ ਗਈ ਚੜੇ ਨਾ, ਵਾਹਵਾ ਪੱਟਲ ਹੋ ਗਏ, ਉਹ ਬੜਾ ਵਗਦਾ ਫਿਰ ਆਵੇ। ਅੱਛਾ, ਇਲਾਜ ਹੋ ਰਿਹਾ? ਅਜੇ ਕੋਈ ਨਹੀਂ ਹੋਇਆ। ਅੱਛਾ, ਹੁਣ ਕੀ ਪਤਾ ਨਾ ਕੀ ਵਜ੍ਹਾ ਹੈ ਕਿ ਕੀ? ਘਰ ਦੀ ਹਾਲਤ ਕਿਹੋ ਜੀ? ਘਰ ਦੇ ਮਾੜੇ ਹੀ ਆ, ਆਏ ਨਹੀਂ ਪਿਆ, ਤਗੜੇ ਬੰਦੇ, ਗਰੀਬ ਪਰਿਵਾਰ ਨਾਲ ਸੰਬੰਧ, ਅੱਗੇ ਗਰੀਬ ਆ। ਗੋਲੀ ਕਿੰਨਾ ਚਲਾਈ? ਕਿੰਨਾ? ਪੁਲਿਸ ਵਾਲਿਆਂ ਨੇ ਚਲਾਈ ਗੋਲੀ ਤਾਂ। ਹਾਂ, ਕੋਈ ਪਤਾ ਲੱਗਿਆ ਕਿੱਥੇ ਦੀ ਪੁਲਿਸ ਸੀ? ਸਾਨੂੰ ਨਹੀਂ ਪਤਾ, ਸਾਨੂੰ ਪਤਾ ਹੀ ਕੋਈ ਨਹੀਂ। ਅੱਛਾ,
ਹਾਂ ਇਹ ਤਾਂ ਬਾਹਰੋਂ ਆਉਂਦੇ ਪੈਸੋਂ ਥੋਨ ਇੱਥੇ ਗੱਡੀ ਖਿਲਾਰ ਤੇ ਚਲਾ ਦਿੱਤੀ ਗੋਲੀ। ਅੱਛਾ ਹੁਣ ਕੀ ਮੰਗ ਕੀ ਹੈਗੀ? ਮੰਗ ਹੁਣ ਕੀ ਹੈ ਵੀ ਉਹ ਹੁਣ ਬਚਣ ਤਾਂ ਇਲਾਜ ਹੋਣਾ ਚਾਹੀਦਾ। ਹਾਂ ਇਨਸਾਫ ਮਿਲਣਾ ਚਾਹੀਦਾ। ਹਾਂਜੀ ਕਾਰਵਾਈ ਵੀ ਹੋਣੀ ਚਾਹੀਦੀ। ਹਾਂ ਹੋਣੀ ਚਾਹੀਦੀ। ਠੀਕ ਹੈ ਜੀ। ਹਾਂ ਜੀ ਤਾਂ ਮਦੇ ਜਿਹੜਾ ਮੁੰਡਾ ਜ਼ਖਮੀ ਹੋਇਆ ਤੁਹਾਡੇ ਕੀ ਲੱਗਦਾ ਜੀ? ਪੁੱਤੇ ਮੈਡਮ ਕੀ ਹੋਇਆ? ਕੀ ਹੋਇਆ? ਇਹੋ ਵੀ ਉਹਨੇ ਗੋਲੀ ਚਲਾ ਦਿੱਤੀ ਹੈ ਅਤੇ ਸਾਨੂੰ ਇਹ ਨਹੀਂ ਪਤਾ ਸੀ ਵੀ ਇਹੀ ਰਸਤੇ 'ਚ ਉਹ ਮੁੰਡਾ ਵਿਚਾਰਾ ਲੰਘਾ ਜਾਂਦਾ ਸੀ। ਤਿੰਨੇ ਚਾਰੇ ਦਿਨ ਹੀ ਲੰਘੇ ਜਾਂਦੇ ਸੀ ਲੰਗਰ ਖਾ ਕੇ ਮੁੜੇ ਆਉਂਦੇ ਸੀ। ਅਤੇ ਗੋਲੀ ਕਿੰਨੇ ਚਲਾਈ? ਗੋਲੀ ਪੁਲਿਸ ਵਾਲਾ ਹੀ ਚਲਾਈ ਆ। ਕਿਉਂ ਕਾਰਨ ਪਤਾ ਨਹੀਂ ਹੁਣ ਉਹਨਾਂ ਨੂੰ ਕੀ ਕਾਰਨ ਸੀ। ਉਹੀ ਕਾਰਨ ਸੀ ਜਿਹੜੇ ਮੁੰਡੇ 'ਤੇ ਮਿਲ ਗਏ ਉਹਨੂੰ ਤਾਂ ਚਲਾਈ ਨਾ ਅਤੇ ਦੂਜੇ ਜਨਤਾ ਨੂੰ ਮਾਰ ਤਾਂ ਰੱਖ ਛੱਡਾਂ। ਕਿਉਂ ਪੁਲਿਸ ਵਾਲਾ ਕੋਈ ਨਸ਼ੇ ਸੀਗਾ ਜਿਵੇਂ ਸੀ? ਹੁਣ ਕੀ ਪਤਾ ਉਹ ਮਰ ਜਾਣੇ ਨਸ਼ੇ 'ਚੋਂ ਹੀ। ਉਹ ਕੁੰਡੀਆਂ ਮੁੱਛਾਂ ਮੈਨੂੰ ਇੱਟ ਤਾਂ ਆ ਜਾਂਦੀ ਇੱਥੇ ਤਾਂ ਮੈਨੂੰ ਦੱਬਾ ਆਈ। ਪਿੰਡ ਵਾਲਿਆਂ ਨੇ ਪੁੱਛਿਆ ਨਹੀਂ ਬਾਅਦ 'ਚੋਂ ਫੜ ਕੇ? ਪਿੰਡ ਵਾਲੇ ਅਸੀਂ ਤਾਂ ਆ ਗਏ ਮੁੰਡੇ ਨੇ ਲੈ ਕੇ ਇੱਧਰ ਪਿੱਛੇ ਪਤਾ ਨਹੀਂ ਕੀ ਉਹ ਹੋਇਆ ਅਤੇ ਕੀ ਨਹੀਂ ਹੋਇਆ। ਉਹ ਗਿਆ ਆਉਂਦਾ ਪੁਲਿਸ ਵਾਲੇ ਕਾਫੀ ਗਈਆਂ ਗੱਡੀਆਂ ਅਤੇ ਉਹਨਾਂ ਚੁੱਪ ਕਰਕੇ ਪੱਤਰਕਾਰ ਨਹੀਂ ਗਿਆ ਕੋਈ ਕੁਛ ਨਹੀਂ ਅਤੇ ਉਹਨਾਂ ਦੀ ਗੱਡੀ ਲੈ ਆਉਂਦੀ। ਨਹੀਂ ਪੁਲਿਸ ਵਾਲਿਆਂ ਨੂੰ ਫਾਇਰਿੰਗ ਕਿਉਂ ਕਰਤੀ ਬਿਨਾਂ ਵਜ੍ਹਾ ਹੀ? ਆਮ ਬੰਦਿਆਂ ਦੀ ਫਾਇਰਿੰਗ ਬਿਨਾਂ ਵਜ੍ਹਾ ਹੀ ਕਰਤੀ ਆ ਕਿ ਪਰ ਪੁਲ ਤੂੰ ਆਇਆ ਉਹ ਕਿਹੜੇ ਨਾਕਾ ਨੁੱਕਾ ਲੱਗਾ ਹੋਵੇ ਵੀ ਆਪ ਹੀ ਦੱਸਦੇ ਸੀ ਹੁਣ ਅਤੇ ਅਸੀਂ ਇਹ ਲੰਘੇ ਜਾਂਦੇ ਤੇ ਉਹ ਮੁੰਡੇ ਨੇ ਸਾਡੇ ਨਾਲ ਖਰਾਬੀ ਕੀਤੀ ਆ ਤਾਂ ਅਸੀਂ ਮਾਰਨੇ ਤਾਂ ਮੁੰਡੇ ਦੇ ਹੀ ਮੁੰਡੇ ਤਾਂ ਉਹਦੇ ਮਾਰੀ ਜਾਂਦੇ ਆਪਾਂ ਨੂੰ ਕੀ ਦੁੱਖ ਸੀ ਅਤੇ ਆਪਣਾ ਜਦੋਂ ਗਲਤੀ ਨਹੀਂ ਕੀਤੀ ਤਾਂ ਮੇਰੇ ਮੁੰਡੇ ਨੂੰ ਕਿਉਂ ਮਾਰਿਆ ਨੇ? ਤੁਸੀਂ ਹੁਣ ਕੀ ਚਾਹੁੰਦੇ ਹੋ? ਕੀ ਚਾਹੁੰਦੇ ਹੋ? ਅਸੀਂ ਤਾਂ ਵੀ ਸਾਡਾ ਮੁੰਡਾ ਬਚਣਾ ਚਾਹੀਦਾ ਹੋਰ ਅਸੀਂ ਕੀ ਆਖਣਾ ਹੈ। ਪੁਲਿਸ ਵਾਲੇ ਨਸ਼ੇ ਕਿੰਨੇ ਕੁ ਜਾਣੇ ਸੀ? ਪੁਲਿਸ ਵਾਲੇ 6-7 ਜਣੇ ਗਏ ਸੀ ਹਰ ਇੱਕ ਗਣੀਚੇ ਨੇ ਮੈਥੋਂ ਮੈਨੂੰ ਤਾਂ ਜਿੱਥੇ ਜਦੋਂ ਪੁੱਤ ਨੂੰ ਹੱਟ ਲੱਗ ਜਾਵੇ ਮਾਵਾਂ ਦੇ ਪੱਲੇ ਕੁਛ ਨਹੀਂ ਰਹਿ ਜਾਂਦਾ। ਮੈਨੂੰ ਤਾਂ ਕੋਈ ਨਜ਼ਰ ਨਹੀਂ ਆਇਆ ਵੀ ਕੀ ਹੋ ਗਿਆ ਅਤੇ ਕੀ ਨਹੀਂ ਹੋ ਗਿਆ। ਕਿੰਨੇ ਜਾਣਿਆਂ ਨੂੰ ਜ਼ਖਮੀ ਹੋਏ? 4 ਨੇ। ਕੀ ਵਾਰਦਾਤ ਕੀ ਵਾਪਰੀ ਹੈ? ਸਰ ਰਾਤ ਗੋਲੀ ਚੱਲੀ ਆ, ਖੜਕਾ ਹੋਇਆ ਜੀ, ਅਸੀਂ ਭੱਜ ਕੇ ਆਏ ਸੀ, ਸਾਡੇ ਸਾਹਮਣੇ ਆ ਕੇ ਗੋਲੀ ਚੱਲਦੀ ਰਹੀ ਆ ਜੀ, ਅਸੀਂ ਸਾਈਡਾਂ 'ਤੇ ਲੁਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਵਾਲਿਆਂ ਜੀ ਮੁਲਾਜ਼ਮ ਕੁਝ ਸਿਵਲ ਵਰਦੀ 'ਚ ਗਏ ਸੀ, ਕੁਝ ਵਰਦੀ 'ਚ ਗਏ ਸੀ। ਕੌਣ ਜ਼ਖਮੀ? ਕੌਣ ਆਇਆ? 3 ਮੁੰਡੇ ਸਰ ਜ਼ਖਮੀ ਆ, ਚੌਥੇ ਨੂੰ ਛਰਾ ਲੱਗ ਕੇ ਕਹਿੰਦੇ ਆ ਲੰਘ ਗਿਆ ਸਾਈਡ 'ਤੇ। ਬਾਕੀ ਇੱਕ ਸੋਹਣ ਸਿੰਘ ਆ ਜਿਹਦੇ ਹਾਲਤ ਗੰਭੀਰ ਆ ਜੀ। ਦਾਖਲ ਸਰ ਫਿਰੋਜ਼ਪੁਰ ਜੀ, ਕਿਹੜੇ ਪਿੰਡ ਦੇ ਵਾਸੀ? ਅਹਿਮਦ ਚੱਕ ਦੇ ਜੀ। ਆਰਫ ਕਿਆਂ ਥਾਣੇ ਦੀ ਜੀ। ਕੌਣ ਕੌਣ ਸੀ ਨਾਲ? ਹਾਂਜੀ ਸਰ, ਕਿੰਨੇ ਮੁਲਾਜ਼ਮ ਸੀਗੇ? ਸਰ 6 ਤੋਂ ਮੌਕੇ 'ਤੇ ਸਰ ਜਿੱਥੇ ਮੰਨ ਕੇ ਚਲੋ ਗੋਲੀ ਚੱਲੀ ਉਸ ਟਾਈਮ ਤਾਂ ਸਾਡੇ ਕੋਲ 5 ਸੀਗੇ ਅਤੇ ਆਪ ਕਹਿੰਦੇ ਅਸੀਂ 8 ਹਾਂ। ਕਿੰਨੇ ਕਿਹਾ? ਕਿੰਨੇ? ਇਹ ਜੀ ਸਰ ਜਿਹੜੇ ਮੁੰਡੇ ਨੇ ਮੁਲਾਜ਼ਮ ਨੇ ਗੋਲੀ ਚਲਾਈ ਆ, ਉਸ ਮੁੰਡੇ ਨੇ ਕਿਹਾ ਸੀ? ਉਹ ਤੁਹਾਨੂੰ ਕਿਵੇਂ ਪਤਾ ਕਿੰਨੇ ਗੋਲੀ ਚਲਾਈ? ਸਰ ਅਸੀਂ ਸਾਹਮਣੇ ਹੈਗੇ ਸੀ, ਸਰ ਉਹਨਾਂ ਡਰਿੰਕ ਕੀਤੀ ਹੋਈ ਸੀ। ਅੱਛਾ। ਫਿਰ ਜਦੋਂ ਗੱਡੀ ਵਿੱਚ ਆਇਆ ਉਹਨਾਂ ਸਰ ਪਹਿਲਾਂ ਗੋਲੀ ਚਲਾ ਕੇ ਫਿਰ ਸਾਰੇ ਭੱਜ ਗਏ ਸੀ ਮੁਲਾਜ਼ਮ। ਉਹਨਾਂ ਫਿਰ ਆਪਣੇ ਮੁਲਾਜ਼ਮਾਂ ਨੂੰ ਪਿਸਟਲ ਦੇ ਕੇ ਗੱਡੀ ਦੇ ਵਿੱਚ ਆਇਆ। ਗੱਡੀ ਵਿੱਚ ਆ ਕੇ ਅਸੀਂ ਪੁੱਛਿਆ ਸਰ ਵੀ ਸਾਡੇ ਮੁੰਡਿਆਂ ਨੂੰ ਗੋਲੀਆਂ ਲੱਗੀਆਂ, ਗੋਲੀ ਤੁਸੀਂ ਚਲਾਈ ਆ? ਉਹ ਇੱਕਾ ਹੀ ਗੱਲ ਕਹਿੰਦੇ ਸਾਡੇ ਕੋਲ ਪਿਸਟਲ ਨਹੀਂ ਹੈਗਾ, ਸਾਡੇ ਕੋਲ ਅਸਲਾ ਨਹੀਂ ਹੈਗਾ। ਸਰ ਗੋਲੀ ਉਸੇ ਮੁੰਡੇ ਇੱਕ ਨੇ ਹੀ ਚਲਾਈ ਆ ਜਿਹਨੇ ਡਰਿੰਕ ਕੀਤੀ ਹੋਈ ਸੀ।
ਠੀਕ ਹੈ। ਤੇ ਕਾਬੂ ਵੀ ਕੀਤਾ ਸੀ ਕੋਈ? ਕਾਬੂ ਕੀਤਾ ਸੀਗਾ ਜੀ। ਹੁਣ ਕਿੱਥੇ ਹੋ? ਹੁਣ ਸਰ ਰਾਤ ਆਇਆ ਸਟਾਫ ਫਿਰੋਜ਼ਪੁਰ ਤੋਂ ਜੀ, ਉਹ ਲੈ ਕੇ ਰਾਤ ਹੀ ਚਲੇ ਗਿਆ ਸੀ। ਕਿਹੜਾ ਸਟਾਫ ਆਇਆ? ਸਟਾਫ ਸਰ ਪੁਲਿਸ ਮੁਲਾਜ਼ਮ ਸੀਗੇ ਜੀ, ਕੁਛ ਕਾਲੀਆਂ ਵਰਦੀਆਂ ਵਾਲੇ ਸੀਗੇ ਜੀ, ਕੁਛ ਪੰਜਾਬ ਪੁਲਿਸ ਵਾਲੇ ਸੀ। ਕਿੰਨੇ ਕੁ ਜਣੇ ਗਏ ਸੀ? ਸਰ ਚਾਰ ਗੱਡੀਆਂ ਆਈਆਂ ਜੀ। ਕਹਿੰਦੇ ਕੀ ਸੀ ਉਹ ਵੀ ਤੁਸੀਂ ਸਾਨੂੰ ਮੁਲਾਜ਼ਮ ਦੇ ਦਿਓ ਜਾਂ ਕੌਣ ਇਹ ਕੌਣ? ਹਾਂਜੀ ਉਹਨਾਂ ਨਾਲ ਸਰ, ਉਹਨਾਂ ਸਾਨੂੰ ਇੱਕਾ ਹੀ ਕਿਹਾ ਅਸੀਂ ਮੁੰਡਾ ਲੈ ਕੇ ਜਾਣਾ ਜੀ, ਮੁਲਾਜ਼ਮਾਂ ਲੈ ਕੇ ਜਾਣਾ। ਅਸੀਂ ਕਿਹਾ ਸਰ ਲੈ ਕੇ ਜਾਓ, ਬਾਕੀ ਸਾਡਾ ਕੋਈ ਹੱਲ ਵੀ ਹੋਵੇ, ਜਿਹੜੇ ਮੁੰਡਿਆਂ ਨੂੰ ਗੋਲੀਆਂ ਲੱਗੀਆਂ। ਗੰਭੀਰ ਜ਼ਖਮੀ ਨੇ? ਹਾਂਜੀ ਗੰਭੀਰ ਜ਼ਖਮੀ ਜੀ, ਫਿਰੋਜ਼ਪੁਰ ਜੀ ਸਿਵਲ ਹੋਸਪਿਟਲ ਬਾਗੀ ਵਿੱਚ ਆ ਜੀ ਇੱਕ ਮੁੰਡਾ ਜਿਹਨੂੰ ਜਿਹੜਾ ਜ਼ਿਆਦਾ ਸੀਰੀਅਸ। ਹਾਂਜੀ ਜ਼ਿਆਦਾ ਸੀਰੀਅਸ ਜੀ। ਠੀਕ, ਹੁਣ ਕੀ ਮੰਗ ਕੀ ਹੈਗੀ ਹੈ? ਮੰਗ ਸਰ ਸਾਡੀ ਇਹ ਆ ਵੀ ਜਲਦ ਤੋਂ ਜਲਦ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ, ਸਪੈਂਡ ਕੀਤੇ ਜਾਣ ਜਿਹੜੇ ਰਾਖੀ ਕਰਨ ਵਾਲੇ ਖੁਦ ਗੋਲੀਆਂ ਚਲਾ ਰਹੇ। ਹਾਂਜੀ ਹਾਂਜੀ ਸਰ, ਸਰ ਬਹੁਤ ਜ਼ਿਆਦਾ ਇਹ ਰੋਡ 'ਤੇ ਆਪਣਾ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੁੰਦਾ ਆ, ਸੰਗਤਾਂ ਕਿਉਂ ਮੇਲੇ 'ਤੇ ਜਾ ਰਹੀਆਂ, ਬਾਬਾ ਬੁੱਢਾ ਸਾਹਿਬ ਦਾ ਮੇਲਾ ਜੀ ਸਰ। ਟਰਾਲੀ 'ਤੇ ਵੀ ਬੈਠੇ ਕਈ ਸੰਗਤਾਂ ਆ ਰਹੀਆਂ। ਹਾਂਜੀ 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 ਜੀ ਸਰ, ਉਹਨਾਂ ਤੋਂ ਉਤਰਦਿਆਂ ਸਰ ਇੱਕ ਦੇ ਕਹਿੰਦੇ ਇਸ਼ਾਰਾ ਲੱਗਿਆ। ਅੱਛਾ ਜੀ, ਡਾਕਟਰ ਸਾਹਿਬ ਗੋਲੀ ਲੱਗਣ ਨਾਲ ਕਿੰਨੇ ਲੋਕ ਤੁਹਾਡੇ ਕੋਲ ਆਏ ਸੀਗੇ ਔਰ ਕੀ ਉਹਨਾਂ ਦੇ ਗਨ ਸ਼ਾਟਸ ਲੱਗੇ ਸੀਗੇ? ਸਾਡੇ ਕੋਲ ਦੋ ਪੇਸ਼ੈਂਟ ਆਏ ਸੀਗੇ, ਇੱਕ ਦਾ ਨਾਂ ਸੋਇਨ ਸਿੰਘ ਸੀਗਾ, ਦੂਜੇ ਦਾ ਨਾਂ ਬਲਵਿੰਦਰ ਸਿੰਘ ਸੀਗਾ। ਠੀਕ ਹੈ, ਇੱਕ ਦੇ ਹੱਥ 'ਤੇ ਲੱਗੀ ਹੋਈ ਸੀ ਗੋਲੀ, ਦੂਜੇ ਦੇ ਪੈਰ 'ਤੇ ਗੋਲੀ ਲੱਗੀ ਹੋਈ ਸੀਗੀ। ਕੀ ਦੱਸਿਆ ਕੀ ਉਹਨਾਂ ਨੇ ਡਾਕਟਰ? ਉਹਨਾਂ ਨੇ ਇਹ ਕਿਹਾ ਕਿ ਉੱਥੇ ਉਹ ਗਲਤੀ ਨਾਲ ਪੁਲਿਸ ਵਾਲਿਆਂ ਤੋਂ ਗੋਲੀ ਲੱਗ ਗਈ, ਐਵੇਂ ਕੁਛ ਬੋਲਿਆ ਉਹਨਾਂ ਨੇ, ਕਲੀਅਰ ਕੁਛ ਕੀਤਾ ਨਹੀਂ, ਬਟ ਉਹਨਾਂ ਨੇ ਹੀ ਦੱਸਿਆ ਪੁਲਿਸ ਵਾਲਿਆਂ ਤੋਂ ਗੋਲੀ ਲੱਗੀ ਹੈ ਸਾਡੀ। ਅਤੇ ਉਹਨਾਂ ਨੂੰ ਕਿੱਥੇ ਰੈਫਰ ਕੀਤਾ ਗਿਆ? ਉਹਨੂੰ ਫਰੀਦਕੋਟ ਰੈਫਰ ਕਰ ਦਿੱਤਾ, ਪਰਚਾ ਕੱਟ ਕੇ ਅੱਗੇ ਕੰਸਰਨ ਓਪੀਨੀਅਨਸ ਲਈ। ਅਤੇ ਕੁੱਲ ਕਿੰਨੇ ਜਾਣੇ ਸੀਗੇ ਇੰਜਰਡ? ਸਾਡੇ ਕੋਲ ਦੋ ਆਏ ਨੇ ਜੀ। ਸਰ ਕੱਲ੍ਹ ਤੁਹਾਡੇ ਥਾਣਾ ਆਰਿਫਕੇ ਦੇ ਵਿੱਚ ਪਿੰਡ ਚੱਕ ਹਮਦਗੇ ਵਗਵਾਕਿਆ ਹੋਇਆ, ਕੀ ਗੱਲ ਹੋਈ? ਕੱਲ੍ਹ ਥਾਣਾ ਆਰਿਫਕੇ ਦੇ ਵਿੱਚ ਰਾਤ ਨੂੰ ਦੇਰ ਰਾਤ ਐਸ ਐਚ ਓ ਨੇ ਨਾਕਾ ਲਗਾਇਆ ਹੋਇਆ ਸੀ, ਜਿੱਥੇ ਉਹਨੂੰ ਇਤਲਾਹ ਮਿਲੀ ਕਿ ਉੱਥੇ ਇੱਕ ਐਕਸੀਡੈਂਟ ਹੋਇਆ, ਜੋ ਇਮੀਡੀਏਟਲੀ ਐਸ ਐਚ ਓ ਨੇ ਰਿਐਕਟ ਕਰਕੇ ਸਪੋਟ 'ਤੇ ਪਹੁੰਚਿਆ ਤਾਂ ਉੱਥੋਂ ਪਤਾ ਲੱਗਿਆ ਕਿ ਇਹ ਜਿਹੜੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਉਹ ਪਿੰਡ ਵੱਲ ਚਲੇ ਗਏ ਹਨ, ਅਤੇ ਜਿਹੜਾ ਇੱਕ ਮੋਟਰਸਾਈਕਲ ਵਾਲਾ ਉਹਦੀ ਕਾਫੀ ਦਾਰੂ ਪੀਤੀ ਹੋਈ ਹੈ। ਜੋ ਐਸ ਐਚ ਓ ਇਮੀਡੀਏਟਲੀ ਉੱਥੇ ਪਹੁੰਚਿਆ ਪਿੰਡ ਦੇ ਵਿੱਚ ਤਾਂ ਉੱਥੇ ਕਾਫੀ ਲੋਕਾਂ ਦਾ ਹਜੂਮ ਇਕੱਠਾ ਹੋਇਆ ਸੀ, ਜਿਹੜਾ ਉਹ ਮੋਟਰਸਾਈਕਲ ਵਾਲਾ ਸੀ ਉਹਦੀ ਕਾਫੀ ਦਾਰੂ ਪੀਤੀ ਹੋਈ ਸੀ। ਜਦੋਂ ਉਹਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਮੋਟਰਸਾਈਕਲ ਵਾਲੇ ਉਹਨੂੰ ਪੁੱਛਿਆ ਵੀ ਤੂੰ ਐਕਸੀਡੈਂਟ ਕੀਤਾ, ਇਹਦਾ ਕੀ ਕਾਰਨ ਹੈ? ਤਾਂ ਉਹਨੇ ਪਿੰਡ ਦੇ ਹੋਰ ਬੰਦੇ ਵੀ ਤਲਖੀ 'ਚ ਆ ਗਏ ਅਤੇ ਉਹਨੇ ਪੁਲਿਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਪੁਲਿਸ ਨੇ ਆਪਣੇ ਬਚਾਅ ਦੇ ਲਈ ਹਵਾਈ ਫਾਇਰ ਕੀਤੀ। ਇਸ ਸਾਰੇ ਘਟਨਾਕ੍ਰਮ ਦੇ ਵਿੱਚ ਪੰਜ ਬੰਦੇ, ਜਦੋਂ ਉਹਨਾਂ ਨੇ ਹਮਲਾ ਕੀਤਾ ਪਿੰਡ ਵਾਲਿਆਂ ਨੇ, ਟੋਟਲ ਪੰਜ ਬੰਦੇ ਜ਼ਖਮੀ ਹੋ ਗਏ, ਜਿਸ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਸੀ ਅਤੇ ਤਿੰਨ ਬੰਦੇ ਸਿਵਲ ਦੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਮੀਡੀਏਟਲੀ ਹੋਸਪਿਟਲ ਜਿਹੜਾ ਐਡਮਿਟ ਕਰਾਇਆ ਗਿਆ। ਸਾਰਿਆਂ ਦੀ ਹਾਲਤ ਠੀਕ ਹੈ, ਇਸ ਸਾਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਥੈਂਕ ਯੂ।